ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਦੀ ਗੱਲ ਕਰਦੇ ਤੇ ਕਹਿੰਦੇ ਐ ਐ ਸਤਿਗੁਰੂ ਗੋਬਿੰਦ ਤੂੰ ਉਹ ਅਬਰੇ ਕਰਮ ਹੈ। ਅਬਰੇ ਕਰਮ ਦਾ ਮਤਲਬ ਹੁੰਦਾ ਬਖਸ਼ਿਸ਼ ਦਾ, ਰਹਿਮਤ ਦਾ ਬੱਦਲ। ਸੁਣਿਓ, ਐ ਸਤਿਗੁਰੂ ਗੋਬਿੰਦ ਤੂੰ ਉਹ ਅਬਰੇ ਕਰਮ ਹੈ, ਐ ਸਤਿਗੁਰੂ ਗੋਬਿੰਦ ਤੂੰ ਉਹ ਅਬਰੇ ਹਮਮ ਹੈ। ਸਾਨੀ ਤੇਰਾ ਦਾਰਾ ਥਾ, ਨਾ ਸਿਕੰਦਰ ਹੈ ਨਾ ਜਮ ਹੈ। ਜਮ ਦਾ ਮਤਲਬ ਹੈ ਜਮ ਸ਼ੈਦ। ਸਾਨੀ ਤੇਰਾ ਦਾਰਾ ਥਾ, ਨਾ ਸਿਕੰਦਰ ਹੈ ਨਾ ਜਮ ਹੈ। ਖਾਤਾ ਤੇਰੇ ਕਦਮੋ ਕੀ ਫਰੀਦੂ ਭੀ ਕਸਮ ਹੈ। ਹਾਤਮ ਕਾ ਸ਼ਖਾਵਤ ਸੇ ਅਗਰ ਨਾਮ ਭੁਲਾਇਆ, ਜੁਰਤ ਸੇ ਹਮੇ ਰੁਸਤਮੇ ਬਹਿਰਾਮ ਭੁਲਾਇਆ। ਉਹ ਕਹਿੰਦੇ ਨੇ ਇਹ ਕਲਗੀਆਂ ਵਾਲਿਆ, ਜਦੋਂ ਮੈਂ ਤੇਰੀ ਗੱਲ ਕਰਦਾ, ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾਹ ਗਨੀ ਹੈ। ਮਸਕੀਨ ਗਰੀਬੋ ਮੇ ਦਲੇਰੋ ਮੇ ਜ਼ਰੀ ਹੈ। ਮੇਰੇ ਸਤਿਗੁਰਾਂ, ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਜੋ ਤੂੰ ਜ਼ਿੰਦਗੀ ਦੇ ਵਿੱਚ ਕੀਤਾ, ਦੁਨੀਆਂ ਦਾ ਕੋਈ ਇਨਸਾਨ ਐਸਾ ਨਹੀਂ ਕਰ ਸਕਦਾ। ਮੈਂ ਗੱਲ ਕਰਿਆ ਸੀ ਚਮਕੌਰ ਦੀ, ਜਦੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੇ ਵਿੱਚ ਪਹੁੰਚੇ ਨੇ। ਇੱਕ ਗੱਲ ਯਾਦ ਰੱਖਿਓ, ਪਹਿਲਾਂ ਵੀ ਚਮਕੌਰ ਦੇ ਵਿੱਚ ਮੇਰੇ ਸਤਿਗੁਰੂ ਜੀ ਆਪ ਪਹੁੰਚੇ ਸਨ। ਇੱਕ ਜੰਗ ਪਹਿਲਾਂ ਵੀ ਚਮਕੌਰ ਵਿੱਚ ਹੋਈ ਸੀ। ਜਦੋਂ ਸਤਿਗੁਰੂ ਜੀ ਅੱਜ ਚਮਕੌਰ ਦੇ ਵਿੱਚ ਪਹੁੰਚੇ, ਇਤਿਹਾਸਕਾਰ ਕਹਿੰਦੇ ਹੈ ਕਿ ਅੱਠ ਪੋਹ ਸੀ ਅਤੇ ਅੱਠ ਪੋਹ ਦੀ ਸਵੇਰ ਨੂੰ ਹੀ ਵੈਰੀਆਂ ਨੇ ਚਮਕੌਰ ਦੀ ਕੱਚੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਸੀ। ਉੱਥੇ ਇੱਕ ਸ਼ੇਰ ਮੈਨੂੰ ਯਾਦ ਆਉਂਦਾ ਹੈ, ਕਵੀ ਅੱਲਾ ਯਾਰ ਖਾਂ ਦਾ। ਉਹ ਕਹਿੰਦਾ ਜਦੋਂ ਸਿੱਖ ਆਏ ਸੀ ਨਾ ਚਮਕੌਰ ਦੇ ਵਿੱਚ, ਅਤੇ ਉਦੋਂ ਉਹਨਾਂ ਦੇ ਹਾਲਾਤ ਕੀ ਸੀ, ਉਹਨਾਂ ਦੇ ਅੰਦਰ ਦਰਦ ਕੀ ਸੀ ਅਤੇ ਗੁੱਸਾ ਕੀ ਸੀ। ਕਹਿੰਦਾ ਜਿਸ ਦਮ ਹੋਵੇ ਚਮਕੌਰ ਮੇ ਸਿੰਘੋ ਕੇ ਉਤਾਰੇ, ਚੁਲਾਏ ਹੋਵੇ ਸ਼ੇਰ ਥੇ ਸਭ ਗੈਜ ਕੇ ਮਾਰੇ। ਗੈਜ ਦਾ ਮਤਲਬ ਹੁੰਦਾ ਗੁੱਸਾ। ਆਂਖੋਂ ਸੇ ਨਿਕਲਤੇ ਥੇ ਦਲੇਰੋਂ ਕੇ ਸ਼ਰਾਰੇ, ਸਤਿਗੁਰੂ ਕੇ ਸਿਵਾ ਔਰ ਗਜ਼ਬਨਾਕ ਤੇ ਸਾਰੇ। ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜੇ ਅੱਧੂ ਪਰ, ਅਫਵਾਜੇ ਅੱਧੂ ਦਾ ਮਤਲਬ ਹੈ ਦੁਸ਼ਮਣ ਦੀ ਫੌਜ। ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜੇ ਅੱਧੂ ਪਰ, ਤੇਗੇ ਸੇ ਨਿਗਾਹ ਪੜਤੀ ਥੀ ਦੁਸ਼ਮਣ ਕੇ ਗਲੂ ਪਰ। ਔਰ ਦਿਲ ਕਰਦਾ ਸੀ ਦੁਸ਼ਮਣ ਜਿਹੜਾ ਨਾ ਉਹਦੀਆਂ ਗਰਦਨਾਂ ਫੜ ਲਈਏ, ਗਰਦਨਾਂ ਨੂੰ ਝਾਕਦੇ ਸੀ ਉਹ। ਮੇਰੇ ਸਤਿਗੁਰੂ ਜੀ ਜਦੋਂ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਪਹੁੰਚੇ ਹੈ, ਯਾਦ ਰੱਖਿਓ ਪਿਆਰਿਓ, ਚਮਕੌਰ ਦੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ। ਜਦੋਂ ਜਿਹੜੀ ਮੁਗਲ ਫੌਜ ਸੀ, ਉਹਨਾਂ ਨੇ ਪੁੱਛਿਆ ਪਿੰਡ ਵਾਲਿਆਂ ਨੂੰ ਕਿ ਇਸ ਗੜੀ ਦੇ ਵਿੱਚ ਹੋਰ ਕਿੰਨੇ ਕੁ ਜਾਣੇ ਮੌਜੂਦ ਹੈ, ਅਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਤ ਪਿੰਡ ਵਾਲਿਆਂ ਨੇ ਆਖਿਆ ਕੋਈ ਜ਼ਿਆਦਾ ਨਹੀਂ, ਕੋਈ 40-41 ਸਿੰਘ ਹੋਣੇ ਹੈ ਜਿਹੜੇ ਸ਼ਾਮ ਤੱਕ ਇੱਥੇ ਪਹੁੰਚੇ ਸੀ। ਪਰ ਆਪਾਂ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਕਿ ਹੁਣ ਉਹਨਾਂ ਦੀ ਗਿਣਤੀ ਕਿੰਨੀ ਹੋਵੇਗੀ। ਵੈਰੀ ਦਲ ਜਿਹੜਾ ਸੀ, ਉਹਨਾਂ ਦੇ ਬਹੁਤ ਸਾਰੇ ਸਰਦਾਰ ਜਿਹੜੇ ਸਨ, ਉਹਨਾਂ ਨੇ ਕਈ ਤਰੀਕਿਆਂ ਦੇ ਨਾਲ ਚਮਕੌਰ ਦੀ ਜਿਹੜੀ ਕੱਚੀ ਗੜੀ ਸੀ ਉੱਥੋਂ ਤੱਕ ਪਹੁੰਚ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਪੌੜੀਆਂ ਲਾ ਕੇ ਚੜ੍ਹੇ, ਤੀਰ ਤੱਕ ਚਲਾਏ, ਕਈ ਹੋਰ ਤਰੀਕੇ ਉਹਨਾਂ ਨੇ ਅਪਣਾਏ, ਪਰ ਉਹਨਾਂ ਦੇ ਹੱਥ ਦੇ ਵਿੱਚ ਸਵਾਏ ਹਾਰ ਤੋਂ ਹੋਰ ਕੁਝ ਵੀ ਉਹਨਾਂ ਨੂੰ ਪ੍ਰਾਪਤ ਨਾ ਹੋਇਆ। ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਦਿਨ ਚੜ੍ਹਿਆ ਤਾਂ ਮੇਰੇ ਸਤਿਗੁਰੂ ਜੀ ਨੇ ਪੰਜ ਸਿੰਘਾਂ ਦੇ ਜਥੇ ਤਿਆਰ ਕੀਤੇ। ਪੰਜ ਸਿੰਘਾਂ ਦੇ ਜਥੇ ਤਿਆਰ ਹੈ, ਪੰਜ ਸਿੰਘ ਜਾਂਦੇ ਹੈ, ਇੱਕ ਜਥਾ ਸ਼ਹੀਦ ਹੋ ਜਾਂਦਾ ਹੈ ਤਾਂ ਦੂਜਾ ਜਥਾ ਜਾਂਦਾ ਹੈ, ਅਤੇ ਜਿਹੜਾ ਵੈਰੀ ਦਾ ਦਲ ਹੈ ਉਹਨੂੰ ਚੀਰਦਾ ਹੋਇਆ ਲੰਘ ਜਾਂਦਾ ਹੈ, ਅਤੇ ਆਖਿਰਕਾਰ ਉਹਨਾਂ ਦੀ ਆਪਣੀ ਸ਼ਹਾਦਤ ਹੋ ਜਾਂਦੀ ਹੈ। ਦੋ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਪ੍ਰੋਫੈਸਰ ਸਾਹਿਬ ਸਿੰਘ ਹੋਣੀ ਲਿਖਦੇ ਹੈ ਕਿ ਉਸ ਟਾਈਮ ਬਾਬਾ ਅਜੀਤ ਸਿੰਘ ਜੀ ਦੀ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ ਉਸ ਟਾਈਮ 15 ਸਾਲ ਦੇ ਕਰੀਬ ਸੀ। ਇਹ ਇੱਥੇ ਉਮਰ ਦਾ ਹਿਸਾਬ ਕਿਤਾਬ ਥੋੜ੍ਹਾ ਜਿਹਾ ਉੱਪਰ ਥੱਲੇ ਹੈ ਇਤਿਹਾਸਕਾਰਾਂ ਦੇ ਮੁਤਾਬਕ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਦੇ ਵੱਲ ਇਸ਼ਾਰਾ ਕੀਤਾ ਹੈ।
ਤੇ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਹੋਇਆ ਕਿ ਮੈਦਾਨੇ ਜੰਗ ਦੇ ਵਿੱਚ ਜਾ ਕੇ ਅੱਜ ਦੁਸ਼ਮਣਾਂ ਦੇ ਆਹੂ ਲਾਉਣੇ ਆ। ਬਾਬਾ ਅਜੀਤ ਸਿੰਘ ਨੂੰ ਤਿਆਰ ਕੀਤਾ। ਕਹਿੰਦੇ ਇੱਕ ਵਿਦਵਾਨ ਸੱਜਣ ਲਿਖਦਾ ਨਾ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਵੀ ਗਿਆ ਤੋ ਜੀਤਾ ਨਹੀਂ ਆਊਂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਤਿਆਰ ਕੀਤਾ ਹੈ, ਆਪ ਕਲਗੀ ਸਜਾਈ ਹੈ, ਆਪ ਕਿਰਪਾਨ ਦਿੱਤੀ ਹੈ, ਆਪ ਤੀਰ ਦਿੱਤੇ ਨੇ, ਆਪ ਰਹਿਮਤਾਂ ਕੀਤੀਆਂ ਨੇ। ਅਤੇ ਬਾਬਾ ਅਜੀਤ ਸਿੰਘ ਜੀ ਜਦੋਂ ਮੈਦਾਨੇ ਜੰਗ ਦੇ ਵਿੱਚ ਗਏ, ਗੜੀ ਦਾ ਦਰਵਾਜ਼ਾ ਖੁੱਲ੍ਹਿਆ, ਇੱਕਦਮ ਲਸ਼ਕੋਰ ਪਈ ਵੈਰੀਆਂ ਨੂੰ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਿਆ ਜੇ, ਇਹ ਮੌਕਾ ਸਾਨੂੰ ਦੁਬਾਰਾ ਨਹੀਂ ਮਿਲਣਾ, ਆ ਗਿਆ ਗੁਰੂ ਗੋਬਿੰਦ ਸਿੰਘ ਆ ਗਿਆ, ਕਲਗੀਆਂ ਵਾਲਾ ਫੜ ਲਓ, ਸ਼ਹੀਦ ਕਰ ਦਿਓ, ਮਾਰ ਦਿਓ। ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਨੂੰ ਚੀਰ ਫਾੜ ਕਰਦਿਆਂ ਕਦੋਂ ਇਹ ਬਾਬਾ ਅਜੀਤ ਸਿੰਘ ਰੂਪ ਮਹਾਨ ਯੋਧਾ ਲੰਘ ਗਿਆ, ਕਿਸੇ ਨੂੰ ਕੁਝ ਪਤਾ ਹੀ ਨਾ ਲੱਗਾ। ਪਤਾ ਨਹੀਂ ਕਿੰਨੇ ਸੁੱਟ ਦਿੱਤੇ। ਬਾਬਾ ਅਜੀਤ ਸਿੰਘ ਦੇ ਨਾਲ ਜਿਹੜੇ ਪੰਜ ਸਨ ਸਿੰਘ ਸਨ ਉਹ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਅਜੀਤ ਸਿੰਘ ਦਾ ਜਿਹੜਾ ਘੋੜਾ ਸੀ ਉਹ ਵੀ ਜ਼ਖਮੀ ਹੋ ਗਿਆ। ਬਾਬਾ ਅਜੀਤ ਸਿੰਘ ਦੀ ਤਲਵਾਰ ਟੁੱਟ ਗਈ, ਨੇਜਾ ਟੁੱਟ ਗਿਆ, ਬਾਬਾ ਅਜੀਤ ਸਿੰਘ ਹਨੇਹੱਥੇ ਹੋ ਗਏ ਨੇ। ਇਤਿਹਾਸਕਾਰ ਕਹਿੰਦੇ ਹੈ ਕਿ ਬਾਬਾ ਅਜੀਤ ਸਿੰਘ ਨੇ ਮੂੰਹ ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕਰ ਲਿਆ। ਪਿਤਾ ਆਪ ਗੁੰਮਦ ਉੱਤੇ ਬਹਿ ਕੇ ਉੱਚ ਉੱਤੇ ਚੜ੍ਹ ਕੇ ਗੜੀ ਦੇ ਆਪਣੇ ਪੁੱਤਰ ਦਾ ਇਹ ਸਾਰਾ ਨਜ਼ਾਰਾ ਤੱਕ ਰਿਹਾ ਸੀ ਸ਼ਹਾਦਤ ਹੋਣ ਦਾ। ਇਤਿਹਾਸਕਾਰ ਲਿਖਦੇ ਹੈ ਕਿ ਬਾਬਾ ਅਜੀਤ ਸਿੰਘ ਨੇ ਆਪਣਾ ਮੂੰਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕਰ ਲਿਆ ਅਤੇ ਛਾਤੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨੇਜੇ ਲੰਘ ਗਏ, ਕਿੰਨੀਆਂ ਤਲਵਾਰਾਂ ਲੰਘ ਗਈਆਂ, ਕਿੰਨੇ ਤੀਰ ਵੱਜੇ ਅਤੇ ਧੜੰਮ ਕਰਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਡਿੱਗ ਪਿਆ। ਕੋਈ ਸਤਨਾਮ ਮੇਰੇ ਸਤਿਗੁਰ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਯੋਧਿਆਂ ਵਾਂਗੂ ਡਿੱਗੇ ਨੇ, ਯੋਧਿਆਂ ਦੀ ਮੌਤ ਡਿੱਗੇ ਹੈ ਪਿਆਰਿਓ, ਉਹਨਾਂ ਦੀ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰਾ ਛੱਡਿਆ, ਬਾਕੀ ਸਿੰਘਾਂ ਨੇ ਉਸ ਜਕਾਰੇ ਦਾ ਜਵਾਬ ਦਿੱਤਾ। ਇਹ ਗੱਲ ਯਾਦ ਰੱਖਿਓ, ਦੁਨੀਆਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਹੋਏ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਮਹਾਨ ਅਖਵਾਉਣ ਦਾ ਯਤਨ ਕੀਤਾ, ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦਿਸਣਾ ਨਹੀਂ, ਕੋਈ ਨਜ਼ਰ ਨਹੀਂ ਆਉਣਾ। ਕਵੀ ਲਿਖਦਾ ਹੈ, ਲੱਖਾਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ, ਏਕ ਏਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ, ਸਦਹਾ ਫਨਾਹ ਕੇ ਘਾਟ ਉਤਾਰੇ ਗੁਜ਼ਰ ਗਏ, ਭੁਸਮੇ ਆਗ ਲਗਾ ਕੇ ਆਗ ਸ਼ਰਾਰੇ ਗੁਜ਼ਰ ਗਏ, ਜ਼ਖਮੋਂ ਸੇ ਸਿੰਘ ਸੂਰਮੇ ਜਬ ਚੂਰ ਹੋ ਗਏ, ਸਰਦਾਰ ਸਰ ਕਟਾਣੇ ਪੇ ਮਜ਼ਬੂਰ ਹੋ ਗਏ। ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਨੇ। ਉਹਦੇ ਤੋਂ ਬਾਅਦ ਵਾਰੀ ਆਉਂਦੀ ਹੈ ਬਾਬਾ ਜੁਝਾਰ ਸਿੰਘ ਦੀ, ਅਤੇ ਸਤਿਗੁਰੂ ਕਹਿੰਦੇ, ਜਾਓ ਬੇਟਾ ਸੁਧਾਰੋ, ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਜਾਂ ਮਾਰੋ, ਤੁਮੇ ਕਰਤਾਰ ਕੋ ਸੌਂਪਾ। ਮੇਰੇ ਸਤਿਗੁਰੂ ਜੀ ਆਪਣੇ ਛੋਟੇ ਪੁੱਤਰ ਨੂੰ ਵੀ ਬੜੇ ਚਾਵਾਂ ਦੇ ਨਾਲ ਮੈਦਾਨੀ ਜੰਗ ਦੇ ਵਿੱਚ ਤੋਰਦੇ ਹੈ। ਬਾਬਾ ਅਜੀਤ ਸਿੰਘ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਜਾਂਦੇ ਹੈ। ਇਤਿਹਾਸਕਾਰ ਕਹਿੰਦੇ ਹੈ ਜਦੋਂ ਬਾਬਾ ਜੁਝਾਰ ਸਿੰਘ ਜੀ ਜਾਂਦੇ ਹੈ ਮੈਦਾਨੀ ਜੰਗ ਦੇ ਵਿੱਚ, ਅਤੇ ਦੁਸ਼ਮਣਾਂ ਨੂੰ ਪਤਾ ਲੱਗ ਜਾਂਦਾ ਇਹ ਦੂਸਰਾ ਪੁੱਤਰ ਹੈ, ਇਹ ਆਇਆ, ਅਤੇ ਕਹਿੰਦੇ ਜਿਉਂਦਾ ਪਕੜ ਲਓ ਜੇ ਪਕੜ ਹੁੰਦਾ। ਬਾਬਾ ਜੁਝਾਰ ਸਿੰਘ ਐਸੀ ਫੁਰਤੀ ਦੇ ਵਿੱਚ ਤਲਵਾਰ ਚਲਾਉਂਦੇ ਹੈ ਕਿ ਪਤਾ ਨਹੀਂ ਲੱਗਦਾ ਹਜ਼ਾਰਾਂ ਦੇ ਸਿਰ ਕਦੋਂ ਜ਼ਮੀਨ ਦੇ ਉੱਤੇ ਡਿੱਗ ਪੈਂਦੇ ਹੈ। ਜਿਸ ਤਰ੍ਹਾਂ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ, ਉਸ ਤਰ੍ਹਾਂ ਹੀ ਬਾਬਾ ਜੁਝਾਰ ਸਿੰਘ ਜੀ ਇਸ ਸੰਸਾਰ ਵਿੱਚ ਆ ਕੇ ਆਪਣਾ ਸਿਰ ਉੱਚਾ ਕਰਕੇ ਅਤੇ ਕਲਗੀਆਂ ਵਾਲੇ ਦਾ ਸਿਰ ਉੱਚਾ ਕਰਕੇ ਜਾਂਦੇ ਹੈ, ਕੌਮ ਦਾ ਸਿਰ ਉੱਚਾ ਕਰਕੇ ਜਾਂਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖਦੇ ਨੇ, ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨੇ ਕਿ ਬਾਬਾ ਜੁਝਾਰ ਸਿੰਘ ਜੀ ਜ਼ਮੀਨ ਦੇ ਉੱਤੇ ਡਿੱਗ ਪਏ ਹੈ। ਕਵੀ ਲਿਖਦਾ ਹੈ, ਦਸ ਬੀਸ ਕੋ ਜ਼ਖਮੀ ਕੀਆ, ਦਸ ਬੀਸ ਕੋ ਮਾਰਾ, ਇੱਕ ਹਮਲੇ ਮੇਂ ਇਸ ਏਕ ਨੇ ਇੱਕੀਸ ਕੋ ਮਾਰਾ, ਖੰਨਾਸ ਕੋ ਮਾਰਾ, ਕਬੀ ਇਬਲੀਸ ਕੋ ਮਾਰਾ, ਗੁਲ ਮੱਚ ਗਿਆ ਇੱਕ ਤਿਫਲ ਨੇ ਚਾਲੀਸ ਕੋ ਮਾਰਾ। ਕਹਿੰਦੇ ਨੇ ਹੱਲਾਕਾਰ ਮੱਚ ਗਈ ਕਿ ਇੱਕ ਬੱਚੇ ਨੇ ਇੰਨੇ ਇੰਨੇ ਸੁੱਟ ਦਿੱਤੇ ਥੱਲੇ। ਬਚ ਬਚ ਕੇ ਲੜੋ ਕਲਗੀਓ ਵਾਲੇ ਕੇ ਪਿੱਸਰ ਸੇ, ਪਿੱਸਰ ਦਾ ਮਤਲਬ ਹੈ ਪੁੱਤਰ। ਬਚ ਬਚ ਕੇ ਲੜੋ ਕਲਗੀਓ ਵਾਲੇ ਕੇ ਪਿੱਸਰ ਸੇ, ਯਹ ਨੀਮਚਾ ਲਾਏ ਹੈ
गुरु जी की कमर से कहिंदे ये तेगा गुरु गोबिंद सिंह महाराज की कमर तो लैके आया तो बच बच के लड़े हो। कहिंदे ने जदों बाबा जुझार सिंह भी शहीद होए है तो धन गुरु गोबिंद सिंह महाराज सच्चे पातशाह ने जकारा छड़िया। इतिहासकार लिखते हैं कि दो पुत्र जमीन उत्ते डिग पे गुरु गोबिंद सिंह महाराज सच्चे पातशाह दे, दो पुत्रां दा विछोड़ा पहले ही पै चुका सी। इतिहासकार लिखते हैं कि बाबा अजीत सिंह अपने साथियों समेत तलवार के जौहर विखाते हुए शहीद होए। उन्हां तों बाद बाबा जुझार सिंह जी इस ही मैदानी जंग दे विच शहादत का जाम पी गए। उस दिन अठ पोह सी ते अठ पोह का दिन अजकल 22 दसंबर के हिसाब नाल आउंदा है। कहिंदी सानू कदे उह भुलना नहीं चाहिए, याद रखियो उह भुलना नहीं चाहिए जिथे मेरे सतगुरु ने अपनी कुरबानी अपने पुत्रां दी कुरबानी दित्ती। जदों गुरु गोबिंद सिंह महाराज सच्चे पातशाह ने आख्या भी मेरा हुण टाइम है जाण दा, मैं लैके जावांगा अपना जत्था, तां सिंघां ने कहा सतगुरु ऐसा नहीं हो सकदा। विचार होई हुण तक केवल 11 सिंह चमकौर दी गढ़ी दे विच मौजूद सन। विचार तों बाद फैसला होया कि कल नूं गुरु गोबिंद सिंह महाराज रात पई गढ़ी नूं छड के चले जाणगे। तीन सिख तैयार होए, भाई दया सिंह, भाई धर्म सिंह ਅਤੇ ਭਾਈ ਮਾਨ ਸਿੰਘ। ਇਹਨਾਂ ਨੇ ਜਾਣਾ ਸੀ ਅਤੇ ਅੱਧੀ ਰਾਤ ਸਤਿਗੁਰੂ ਪੀਰੇ ਹਿੰਦ ਮੇ ਰਵਦ ਦਾ ਨਾਰਾ ਲਗਾ ਕੇ ਉੱਥੋਂ ਚਲੇ ਗਏ ਅਤੇ ਗੜੀ ਛੱਡ ਦਿੱਤੀ। ਪਿੱਛੇ ਰਹਿ ਜਾਂਦੇ ਨੇ 8 ਸਿੰਘ, ਆਪਣੀ ਕਲਗੀ ਸਤਿਗੁਰੂ ਭਾਈ ਸੰਗਤ ਸਿੰਘ ਨੂੰ ਸਜਾ ਕੇ ਜਾਂਦੇ, ਜਿਨ੍ਹਾਂ ਦਾ ਚਿਹਰਾ ਮੋਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੀ। ਜਦੋਂ ਸਾਰੀ ਰਾਤ ਮੁਸਲਮਾਨੀ ਫੌਜ ਦੀ ਆਪਸ ਵਿੱਚ ਹੀ ਭੁਲੇਖੇ ਦੇ ਵਿੱਚ ਕੱਟ ਵੱਢ ਹੁੰਦੀ ਰਹੀ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨਾ ਮਿਲਿਆ ਤਾਂ ਗੁੱਸੇ ਵਿੱਚ ਆ ਕੇ ਸਾਰੀ ਫੌਜ ਨੇ ਕੱਚੀ ਗੜੀ ਉੱਤੇ ਹਮਲਾ ਕਰ ਦਿੱਤਾ। ਜਿਹੜੇ 8 ਸਿੰਘ ਅੰਦਰ ਭਾਈ ਸੰਗਤ ਸਿੰਘ ਦੇ ਸਮੇਤ ਮੌਜੂਦ ਸੀ ਉਹ ਮੈਦਾਨੀ ਜੰਗ ਦੇ ਵਿੱਚ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਅਤੇ ਭਾਈ ਸੰਗਤ ਸਿੰਘ ਦਾ ਸਿਰ ਉਹਨਾਂ ਨੇ ਵੱਢ ਲਿਆ ਅਤੇ ਖੁਸ਼ੀਆਂ ਮਨਾਉਣ ਲੱਗੇ ਆਪਾਂ ਗੁਰੂ ਗੋਬਿੰਦ ਸਿੰਘ ਮਾਰ ਦਿੱਤਾ। ਪਰ ਜਦੋਂ ਬਾਅਦ 'ਚ ਸ਼ਨਾਖਤ ਹੋਈ ਅਤੇ ਪਤਾ ਲੱਗਾ ਇਹ ਗੁਰੂ ਗੋਬਿੰਦ ਸਿੰਘ ਨਹੀਂ, ਗੁਰੂ ਗੋਬਿੰਦ ਸਿੰਘ ਤਾਂ ਜਿਉਂਦੇ ਮੈਦਾਨੀ ਜੰਗ ਦੇ ਵਿੱਚੋਂ ਨਿਕਲ ਗਏ। ਕਈ ਮਹੀਨਿਆਂ ਤੱਕ ਇਹ ਰਾਮ ਰੌਲਾ ਪਾ ਛੱਡਿਆ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੁਕਾਉਣ ਵਾਸਤੇ, ਲੇਕਿਨ ਉਹਨਾਂ ਦੇ ਹੱਥ ਗੁਰੂ ਗੋਬਿੰਦ ਸਿੰਘ ਫੇਰ ਬਣਾ ਆਏ ਅਤੇ ਆਖਿਰਕਾਰ ਉਹਨਾਂ ਦੇ ਪੱਲੇ ਨਮੋਸ਼ੀ ਪਈ। ਯਾਦ ਰੱਖਿਓ ਜਿਹੜੀ ਮੈਂ ਗੱਲ ਹੁਣ ਕਰਨ ਲੱਗਾ, ਇਤਿਹਾਸਕਾਰ ਕਹਿੰਦੇ ਜਦੋਂ ਸਿੰਘ ਅਤੇ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਸਨ ਉਹ ਮੈਦਾਨੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ ਤਾਂ ਉਹਨਾਂ ਦਾ ਸੰਸਕਾਰ, ਉਹਦੇ ਤੋਂ ਸ਼ਾਇਦ ਅਗਲੇ ਦਿਨ ਦੀ ਗੱਲ ਇਤਿਹਾਸਕਾਰ ਲਿਖਦੇ ਹੈ ਕਿ ਸੰਸਕਾਰ ਕੀਤਾ ਬੀਬੀ ਸ਼ਰਨ ਕੌਰ ਹੁੰਨੇ। ਬੀਬੀ ਸ਼ਰਨ ਕੌਰ ਜਿਹਨੂੰ ਇਤਿਹਾਸਕਾਰ ਭੈਣ ਸ਼ਰਨ ਕੌਰ ਦਾ ਨਾਮ ਦਿੰਦੇ ਹੈ, ਉਹਨਾਂ ਨੇ ਸਾਰੇ ਸ਼ਹੀਦਾਂ ਦੇ ਪਵਿੱਤਰ ਸਰੀਰਾਂ ਨੂੰ ਇਕੱਠਿਆਂ ਕੀਤਾ। ਫੌਜਾਂ ਪਹਿਲਾਂ ਹੀ ਉੱਥੇ ਮੌਜੂਦ ਸੀ ਪਿਆਰਿਓ, ਧੁੰਦ ਪਈ ਹੋਵੇਗੀ, ਕਿਹੜੇ ਤਰੀਕੇ ਨਾਲ ਸਾਰੇ ਸ਼ਹੀਦਾਂ ਨੂੰ ਇਕੱਠਿਆਂ ਕਰਕੇ, ਸਰੀਰਾਂ ਨੂੰ ਇਕੱਠਿਆਂ ਕਰਕੇ ਭੈਣ ਸ਼ਰਨ ਕੌਰ ਨੇ ਇਕੱਠਿਆਂ ਉਹਨਾਂ ਦਾ ਸੰਸਕਾਰ ਕੀਤਾ। ਜਦੋਂ ਦੁਸ਼ਮਣਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਭੈਣ ਸ਼ਰਨ ਕੌਰ ਜੋ ਉੱਥੇ ਸੋਹਲਾ ਸਾਹਿਬ ਦਾ ਪਾਠ ਕਰ ਰਹੀ ਸੀ ਉਹਨਾਂ ਨੂੰ ਵੀ ਚੱਕ ਕੇ ਉਹਨਾਂ ਨੇ ਉਸ ਹੀ ਜਿਹੜਾ ਅੱਗ ਲੱਗੀ ਹੋਈ ਸੀ ਅੰਗੀਠਾ ਬਲ ਰਿਹਾ ਸੀ ਉਹਦੇ ਵਿੱਚ ਸੁੱਟ ਦਿੱਤਾ ਅਤੇ ਭੈਣ ਸ਼ਰਨ ਕੌਰ ਵੀ ਇਸੇ ਤਰੀਕੇ ਦੇ ਨਾਲ ਆਪਣਾ ਸਰੀਰ ਛੱਡ ਕੇ ਚਲੇ ਗਏ। ਇੱਥੇ ਇੱਕ ਗੱਲ ਮੈਂ ਬੜੀ ਕਮਾਲ ਦੀ ਦੱਸਣ ਲੱਗਾਂ ਕਿ ਜਦੋਂ ਸਾਰੇ ਸਿੰਘਾਂ ਦਾ ਸੰਸਕਾਰ ਹੋ ਗਿਆ, ਗੁਰੂ ਸਾਹਿਬ ਦੇ ਬੱਚਿਆਂ ਦਾ ਸੰਸਕਾਰ ਹੋ ਗਿਆ ਅਤੇ ਰਸਤੇ ਵਿੱਚ ਜਾਂਦਾ ਕੋਈ ਗੁਰਮੁਖ ਪਿਆਰਾ ਸਾਰਿਆਂ ਦੀ ਜਿਹੜੀ ਰਾਖ ਸੀ ਉਹਨੂੰ ਇਕੱਠੀ ਕਰਕੇ ਇੱਥੇ ਦੱਬ ਗਿਆ ਸੀ, ਉਸ ਇਲਾਕੇ ਦੇ ਰਹਿਣ ਵਾਲੇ ਇੱਕ ਗੁਰਮੁਖ ਪਿਆਰੇ ਦਾ ਨਾਮ ਆਉਂਦਾ ਹੈ ਸਰਦਾਰ ਦਿਆਲ ਸਿੰਘ, ਜੋ ਕਿ ਬੜੇ ਅਮੀਰ ਸਨ। ਸਰਦਾਰ ਦਿਆਲ ਸਿੰਘ ਜੀ ਹਮੇਸ਼ਾ ਉੱਥੇ ਆਉਂਦੇ ਸਨ, ਆ ਕੇ ਪੁੱਛਦੇ ਹੁੰਦੇ ਸੀ ਕਿ ਕਿਸੇ ਨੂੰ ਪਤਾ ਹੈ ਕਿ ਮੇਰੇ ਸਤਿਗੁਰੂ ਦੇ ਬੱਚਿਆਂ ਦਾ, ਮੇਰੇ ਸਤਿਗੁਰੂ ਦੇ ਪਿਆਰਿਆਂ ਦਾ ਇੱਥੇ ਇਸ ਜਗ੍ਹਾ 'ਤੇ ਸੰਸਕਾਰ ਹੋਇਆ ਸੀ, ਕਿਸੇ ਨੂੰ ਜਗ੍ਹਾ ਦਾ ਪਤਾ ਹੈ? ਅਤੇ ਕਹਿੰਦੇ ਨੇ ਆਖਿਰਕਾਰ ਜਦੋਂ ਪਤਾ ਲੱਗਾ ਵੀ ਇਸ ਜਗ੍ਹਾ 'ਤੇ ਸੰਸਕਾਰ ਹੋਇਆ ਸੀ ਤਾਂ ਸਰਦਾਰ ਦਿਆਲ ਸਿੰਘ ਹੁਣਾਂ ਨੇ ਆਪਣੇ ਹੱਥੀਂ ਸੇਵਾ ਕਰਾਈ, ਆਪਣੇ ਕੋਲੋਂ ਜ਼ਮੀਨ ਦਿੱਤੀ, ਆਪਣੇ ਕੋਲੋਂ ਪੈਸਾ ਖਰਚਿਆ ਅਤੇ ਉਸ ਜਗ੍ਹਾ 'ਤੇ ਉਹਨਾਂ ਨੇ ਪਵਿੱਤਰ ਅਸਥਾਨ ਮੇਰੇ ਸਤਿਗੁਰਾਂ ਦਾ ਤਿਆਰ ਕਰਵਾਇਆ। ਕਹਿੰਦੇ ਜਦੋਂ ਅਰਦਾਸ ਹੁੰਦੀ ਸੀ ਨਾ ਰੋਜ਼ਾਨਾ, ਅਤੇ ਅਰਦਾਸ ਦੇ ਵਿੱਚ ਉਹ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਸਾਹਿਬ ਇਹ ਅਰਦਾਸ ਕਰਿਓ ਕਿ ਮੇਰੀ ਕੁੱਲ ਨਾ ਰਹੇ। ਸੰਗਤਾਂ ਨੇ ਪੁੱਛਿਆ ਭਾਈ ਸਾਹਿਬ ਐਸਾ ਕਿਉਂ ਕਹਿੰਦੇ ਹੋ? ਤਾਂ ਉਹਨਾਂ ਨੇ ਕਿਹਾ
कते मेरे बच्चे गां आके ये ना कहन ये साडे प्यो दी जगीर सी ते सिख कौन होंदे सामण वाले। एहो ही अरदास करियो कि सतगुरा मेरे घर औलाद ही ना दवी, कते कल नूं उत्थे मल मार के ना बह जान। उस जगह ते भाई दयाल सिंह होणा ने पवित्र अस्थान तैयार करवाए जिथे अज आपां नकमस्तक होंने। प्यारे दुनिया दे विच बहुत सारे लोग मिलणगे पर तुहानू गुरु गोबिंद सिंह महाराज वर्गा मिलना नहीं, जिन्हां ने अपने बच्चे कुरबान कर दिते ने, साडे लई सारा कुछ कुरबान किया साडे लई। आओ सतगुरु के चरणी अपना सीस नवाईए, आखिए मेरे सतगुरा तेरे वर्गा होर कोई भी नहीं, असी तां अपनियां गरजां दे मारे जीउने आ। मेरे सतगुरु तू तां अपने बच्चे कुरबान करके चला गया। 22 दसंबर दिन कदे ना भुल्यो, अपने बच्चों ये इतिहास सुनाओ ताकि तुहाडे बच्चे हमेशा गुरु के पवित्र चरणों नाल जुड़े रहें।